ਚਲੋ ਜੀ, ਇੱਧਰ ਅਯੋਧਿਆ ਜੀ ਦਾ ਰਾਮ ਮੰਦਰ ਪਹਿਲੇ ਮੀਂਹ ਨਾਲ ਹੀ ਚੋਣ ਲੱਗ ਪਿਆ। ਅਯੋਧਿਆ 'ਚ ਸਥਾਪਿਤ ਕੀਤਾ ਗਿਆ ਰਾਮ ਜੀ ਦਾ ਮੰਦਰ ਅਤੇ ਉੱਥੇ ਗਰਭਗ੍ਰਹਿ ਦੇ ਵਿੱਚ ਸਥਾਪਿਤ ਕੀਤੀ ਗਈ ਰਾਮਲੀਲਾ ਜੀ ਦੀ ਮੂਰਤੀ, ਉਸ ਥਾਂ 'ਚ ਵੀ ਪਾਣੀ ਭਰ ਗਿਆ। 4-4 ਫੁੱਟ ਪਾਣੀ, ਆਰਤੀ ਪਾਣੀ 'ਚ ਖੜ੍ਹ ਕੇ ਕਰਨੀ ਪਈ, ਲਾਈਟ ਨਹੀਂ ਜਗਾ ਸਕਦੇ ਸੀ, ਕਹਿੰਦੇ ਡਰ ਸੀ ਕਰੰਟ ਨਾ ਆ ਜਾਵੇ। ਬੈਟਰੀਆਂ ਬਾਲ ਕੇ 4 ਵਜੇ ਵਾਲੀ ਸਵੇਰ ਦੀ ਆਰਤੀ ਵੀ, 6 ਵਜੇ ਵਾਲੀ ਸਵੇਰ ਦੀ ਆਰਤੀ ਵੀ ਬੈਟਰੀਆਂ ਬਾਲ ਕੇ ਕੀਤੀ। ਹੁਣ ਪਹਿਲੇ ਮੀਂਹ ਦੇ ਵਿੱਚ ਅਯੋਧਿਆ ਦਾ ਰਾਮ ਮੰਦਰ ਚੋਣ ਲੱਗ ਜਾਵੇ, ਉਹਦੇ ਅੰਦਰ ਪਾਣੀ ਭਰ ਜਾਵੇ, ਉਸ ਥਾਂ 'ਤੇ ਵੀ ਪਾਣੀ ਭਰ ਜਾਵੇ ਜਿੱਥੇ ਰਾਮਲੀਲਾ ਜੀ ਦੀ ਮੂਰਤੀ ਸਥਾਪਨਾ, ਫਿਰ ਸਵਾਲ ਤਾਂ ਹੋਣਗੇ। ਹੁਣ ਇਹ ਸਵਾਲ ਨਾ ਤਾਂ ਵਿਰੋਧੀ ਧਿਰ ਨੇ ਕੋਈ ਖੜ੍ਹਾ ਕੀਤਾ, ਇਹ ਮੁੱਦਾ ਨਾ ਕਿਸੇ ਮੀਡੀਆ ਵਾਲੇ ਨੇ ਉਭਾਰਿਆ, ਖੁਦ ਉੱਥੋਂ ਦੇ ਮੁੱਖ ਪੁਜਾਰੀ ਨੇ ਜਿਹੜੇ ਅਯੋਧਿਆ 'ਚ ਰਾਮ ਮੰਦਰ ਜੀ ਦੇ ਮੁੱਖ ਪੁਜਾਰੀ ਨੇ ਜਿਹੜੇ ਆਚਾਰੀਆ ਸਤੇਂਦਰ ਦਾਸ ਜੀ, ਉਹਨਾਂ ਨੇ ਗੱਲ ਸਾਹਮਣੇ ਲਿਆਂਦੀ। ਉਹ ਕਹਿੰਦੇ ਜੀ ਕਿ ਜੇ 2-4 ਦਿਨਾਂ 'ਚ ਇਹਦਾ ਪ੍ਰਬੰਧ ਨਾ ਕੀਤਾ ਤਾਂ ਅੱਗੇ ਅੱਗੇ ਬਰਸਾਤ ਹੋਰ ਆਉਣੀ ਹੈ, ਅਤੇ ਜਿਸ ਕਦਰ ਬਰਸਾਤ ਆ ਰਹੀ ਹੈ ਉਸ ਕਦਰ ਤਾਂ ਇਹ ਫਿਕਰ ਪਿਆ ਹੋਇਆ ਕਿ ਇੱਥੇ ਦਰਸ਼ਨਾਂ ਲਈ, ਪੂਜਾ ਕਰਨ ਲਈ ਉਹਦਾ ਪ੍ਰਬੰਧ ਵੀ ਔਖਾ ਹੋ ਜਾਣਾ, ਕਿਤੇ ਉਹ ਨਾ ਹੋਵੇ, ਉਹ ਵੀ ਰੋਕਣਾ ਪੈ ਜਾਵੇ। ਕਹਿੰਦੇ ਇਹ ਸਾਰਾ ਸਵਾਲ ਹੈ। ਹੁਣ ਸ਼ਨੀ ਐਤਵਾਰ ਦੀ ਰਾਤ ਨੂੰ 2 ਵਜੇ ਤੋਂ ਲੈ ਕੇ 5 ਵਜੇ ਦੇ ਤੱਕ ਮੀਂਹ ਵਰਦਾ, 67 mm ਮੀਂਹ ਵਰਦਾ, ਇਹ ਮੈਂ ਅਯੋਧਿਆ ਦੀ ਗੱਲ ਕਰ ਰਿਹਾ। ਉਸ ਸਭ ਦੇ ਦਰਮਿਆਨ ਅਯੋਧਿਆ ਰਾਮ ਮੰਦਰ ਦੀ ਛੱਤ ਚੋਣ ਲੱਗਦੀ ਹੈ, ਅੰਦਰ ਪਾਣੀ ਭਰਨ ਲੱਗਦਾ, ਰਿਸਣ ਲੱਗਦਾ। ਮੁੱਖ ਪੁਜਾਰੀ ਕਹਿੰਦੇ, ਆਚਾਰੀਆ ਸਤੇਂਦਰ ਦਾਸ ਹੋਰੀ ਕਹਿੰਦੇ ਕਿ ਪਾਣੀ ਨਿਕਾਸੀ ਦਾ ਸਹੀ ਪ੍ਰਬੰਧ ਹੀ ਨੀਗਾ। ਅਤੇ ਦੂਸਰੇ ਪਾਸੇ 6 ਮਹੀਨੇ ਪਹਿਲਾਂ ਅਯੋਧਿਆ ਦੇ ਜਿਹੜੇ ਰੇਲਵੇ ਸਟੇਸ਼ਨ ਦਾ ਉਦਘਾਟਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ, 30 ਦਸੰਬਰ 2023 ਨੂੰ ਨਰਿੰਦਰ ਮੋਦੀ ਜੀ ਉਦਘਾਟਨ ਕਰਦੇ ਨੇ, ਅਤੇ ਆਹ ਹੁਣ ਜੂਨ ਮਹੀਨੇ ਦੇ ਵਿੱਚ ਉਹਦੀ ਇੱਕੋ ਪਹਿਲੇ ਮੀਂਹ 'ਚ 20 ਮੀਟਰ ਲੰਬੀ ਕੰਧ ਡਿੱਗ ਜਾਂਦੀ। ਇਹ ਰੇਲਵੇ ਸਟੇਸ਼ਨ ਦੀ ਕੰਧ ਜਦੋਂ ਉਦਘਾਟਨ ਮੋਦੀ ਜੀ ਨੇ ਕੀਤਾ, ਸੜਕਾਂ 'ਚ ਟੋਏ ਪੈ ਗਏ, ਸੀਵਰੇਜ ਸਿਸਟਮ ਗਰਕ ਗਿਆ, ਲੋਕਾਂ ਦੇ ਘਰਾਂ 'ਚ, ਦੁਕਾਨਾਂ 'ਚ, ਬਾਜ਼ਾਰਾਂ 'ਚ, ਸਰਾਵਾਂ 'ਚ ਅਤੇ ਹੋਰ ਅਯੋਧਿਆ ਦੇ ਛੋਟੇ ਵੱਡੇ ਮੰਦਰਾਂ 'ਚ ਪਾਣੀ ਭਰ ਗਿਆ। ਅਤੇ ਹੁਣ ਇਹ ਸਭ ਨੇ ਇੱਕ ਸਵਾਲ ਖੜ੍ਹਾ ਕਰ ਦਿੱਤਾ ਕਿ ਇਹ ਸਭ ਦੇ ਲਈ ਜ਼ਿੰਮੇਵਾਰ ਕੌਣ ਹੈ? ਪ੍ਰਸ਼ਾਸਨ, ਕੰਪਨੀ, ਨਿਰਮਾਣ ਕਾਰਜ ਵਾਲੇ, ਸਰਕਾਰਾਂ? ਸੋ ਜਿਸ ਕਦਰ ਵਿਸ਼ਵ ਪੱਧਰ 'ਤੇ ਪ੍ਰਚਾਰ ਕੀਤਾ ਗਿਆ, ਉਸ ਪੱਧਰ ਦਾ ਕੰਮ ਕਿਉਂ ਨਹੀਂ ਕੀਤਾ ਗਿਆ? ਇਹ ਲੋਕਾਂ ਦੀਆਂ ਭਾਵਨਾਵਾਂ ਨਾਲ, ਉਹਨਾਂ ਦੀਆਂ ਸ਼ਰਧਾਵਾਂ ਨਾਲ ਖਿਲਵਾੜ ਨਹੀਂ ਹੈਗਾ? ਮਤਲਬ 1800 ਕਰੋੜ ਰੁਪਈਆ ਲਾ ਕੇ ਤੁਸੀਂ ਪਹਿਲੇ ਪੜਾਅ 'ਚ ਮੰਦਰ ਦੀ ਸਥਾਪਨਾ ਦੇ ਹਵਾਲੇ ਨਾਲ ਮੂਰਤੀ ਸਥਾਪਿਤ ਕਰਕੇ ਉਦਘਾਟਨ ਕਰਤਾ, ਜਿਸ ਸਮੇਂ ਸ਼ੰਕਰਾਚਾਰੀਆ ਜੀ ਨੇ ਸਵਾਲ ਵੀ ਖੜ੍ਹੇ ਕੀਤੇ ਕਿ ਭਾਈ ਸਨਾਤਨੀ ਨਿਯਮਾਂ ਅਨੁਸਾਰ ਇਹ ਸਹੀ ਨਹੀਂ ਹੈਗਾ, ਪੂਰਾ ਮੰਦਰ ਨਿਰਮਾਣ ਤੋਂ ਬਾਅਦ ਹੀ ਮੂਰਤੀ ਸਥਾਪਨਾ ਵਾਲੀ ਪ੍ਰਕਿਰਿਆ ਵੱਲ ਵਧੋ, ਇਹ ਸਹੀ ਨਹੀਂ ਹੈ। ਪਰ ਤੁਸੀਂ ਸ਼ੰਕਰਾਚਾਰੀ ਜੀ ਨੂੰ ਵੀ ਲਾਂਭੇ ਕਰਕੇ, ਕਿਉਂਕਿ ਤੁਹਾਨੂੰ 224 ਦੀਆਂ ਮੂਹਰੇ ਚੋਣਾਂ ਦਿਖਦੀਆਂ ਸੀ, ਵੋਟਾਂ ਦਿਖਦੀਆਂ ਸੀ, ਅਤੇ ਉਸ ਤੋਂ ਬਾਅਦ ਅਯੋਧਿਆ 'ਚ ਲੋਕ ਸਭਾ ਸੀਟ ਵੀ ਭਾਜਪਾ ਜਦੋਂ ਹਾਰੀ, ਤਦ ਭਗਤਾਂ ਨੇ ਫਿਰ ਭਾਜਪਾ ਦੇ ਹਵਾਲੇ ਨਾਲ ਉੱਥੋਂ ਦੇ ਅਯੋਧਿਆ ਵਾਸੀਆਂ ਨੂੰ ਬਹੁਤ ਮੰਦਾ ਚੰਗਾ ਬੋਲਿਆ, ਖਾਸ ਕਰ ਅਯੋਧਿਆ ਦੇ ਹਿੰਦੂ ਭਾਈਚਾਰੇ ਨੂੰ। ਅਗਲਿਆਂ ਦੇ ਘਰ ਤੋੜੇ ਗਏ, ਅਗਲਿਆਂ ਦੇ ਛੱਤਾਂ ਖੁੱਈਆਂ ਗਈਆਂ, ਅਗਲਿਆਂ ਦਾ ਕਾਰੋਬਾਰ ਠੱਪ ਕੀਤਾ, ਅਤੇ ਬਣਦਾ ਮੁਆਵਜ਼ਾ, ਬਣਦਾ ਹੱਕ ਨਹੀਂ ਮਿਲਿਆ, ਲੋਕਾਂ ਦੀ ਗੱਲ ਪ੍ਰਸ਼ਾਸਨ ਅਤੇ ਸਰਕਾਰ ਨੇ ਸੁਣੀ ਨਹੀਂ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਉਹ ਰਾਮ ਜੀ ਤੋਂ ਬੇਮੁੱਖ ਹੋ ਗਏ ਜੇ ਭਾਜਪਾ ਨਹੀਂ ਜਿੱਤੀ। ਕਮਾਲ ਦਾ ਸਾਡੇ ਇਹ ਹੈ ਕਿ ਮਤਲਬ ਰਾਮ ਜੀ ਦੇ ਭਗਤ ਹੋਣਾ ਜਾਂ ਰਾਮ ਜੀ ਦੇ ਉਪਾਸਕ ਹੋਣਾ ਜਾਂ ਰਾਮ ਜੀ ਨੂੰ ਮੰਨਣਾ ਤਾਂ ਹੀ ਸਹੀ ਹੈ ਜੇ ਤੁਸੀਂ ਭਾਜਪਾ ਨੂੰ ਵੋਟ ਪਾਉਂਦੇ ਹੋ। ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਉੱਥੇ ਦੇ ਲੋਕਾਂ ਲਈ ਜੋ ਭਾਸ਼ਾ ਸ਼ੈਲੀ ਵਰਤੀ, ਅਤੇ ਆ ਹੁਣ ਘਟਨਾ ਤੋਂ ਬਾਅਦ ਕਿਹਨੂੰ ਪੁੱਛੋਗੇ ਬਾਈ? ਹੁਣ ਉਹੀ ਲੋਕ ਪੁੱਛਦੇ ਹੋਣਗੇ ਕਿ ਹੁਣ ਦਾ ਜਵਾਬ। ਜਦੋਂ ਅਯੋਧਿਆ ਦੇ ਮੰਦਰ ਦੇ ਨਿਰਮਾਣ ਦੇ ਲਈ ਜ਼ਮੀਨ
ਲਈ ਜਾ ਰਹੀ ਸੀ ਤਦ ਮਸਲਾ ਆਇਆ ਕਿ ਜ਼ਮੀਨ ਘਟਾਲਾ ਹੋ ਗਿਆ, ਜ਼ਮੀਨ ਦੀ ਖਰੀਦ ਦੇ ਵਿੱਚ ਘਪਲਾ ਹੋ ਗਿਆ। ਕਹਿੰਦੇ ਜੀ ਪਹਿਲਾਂ ਸਸਤੀ ਵਿਅਕਤੀਆਂ ਦੇ ਨਾਂ 'ਤੇ ਖਰੀਦ ਲਈ, ਫਿਰ ਟਰੱਸਟ ਨੇ ਖਰੀਦ ਲਈ, ਬੜਾ ਮੁੱਦਾ ਬਣਿਆ। ਹੁਣ ਇਸ ਤੋਂ ਬਾਅਦ ਵੱਡਾ ਸਵਾਲ ਹੋ ਗਿਆ ਕਿ ਪਹਿਲੇ ਮੀਂਹ 'ਚ ਜਿਹੜੀ 1800 ਕਰੋੜ ਦੀ ਲਾਗਤ ਨਾਲ ਬਣਿਆ ਹੋਇਆ ਮੰਦਰ ਹੈ ਉਹ ਜੇ ਚੋਣ ਲੱਗ ਪਿਆ, ਅਜੇ 2000 ਕਰੋੜ ਦਾ ਨਿਰਮਾਣ ਕਾਰਜ ਰਹਿੰਦਾ, 3200 ਕਰੋੜ ਇਕੱਠਾ ਹੋਇਆ, ਜਿਹ 'ਚੋਂ 11 ਕਰੋੜ ਇਕੱਲੇ ਮਤਲਬ ਮੁਰਾਰੀ ਬਾਪੂ ਜੀ ਹੋਰ ਜਿਹੜੇ ਕਥਾਵਾਚਕ ਨੇ ਰਾਮ ਜੀ ਦੀ, ਰਮਾਇਣ ਦੀ ਹੀ ਉਪਾਸਨਾ ਕਰਦੇ ਨੇ, ਰਾਮ ਜੀ ਦੇ ਕਥਾਵਾਚਕ ਨੇ, ਉਹਨਾਂ ਨੇ 11 ਕਰੋੜ ਦਿੱਤਾ ਸਭ ਤੋਂ ਵੱਧ ਦਾਨ। ਅਤੇ ਪਰ ਦਾਨ ਤਾਂ ਕਿਸੇ ਨੇ ਜਿਹਨੇ 1 ਰੁਪਈਆ ਦਿੱਤਾ ਉਹਦਾ ਵੀ ਵੱਡਾ ਸਵਾਲ, ਉਹਦਾ ਵੀ ਹੈ ਕਿ ਭਾਈ ਆਹ ਕੀ ਹੋਇਆ। ਸੋ ਇਸ ਲਈ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਕੀ ਜ਼ਮੀਨ ਘੁਟਾਲੇ ਤੋਂ ਬਾਅਦ ਨਿਰਮਾਣ ਘੁਟਾਲਾ ਤਾਂ ਨਹੀਂ ਹੋ ਗਿਆ ਅਯੋਧਿਆ ਦੇ ਵਿੱਚ? ਰਾਮ ਜੀ ਦੇ ਮੰਦਰ ਦੇ ਨਾਂ 'ਤੇ ਕਿਤੇ ਵੋਟਾਂ ਦੇ ਨਾਲ ਨਾਲ ਪੈਸੇ ਦਾ ਘੁਟਾਲਾ ਤਾਂ ਨਹੀਂ ਹੋ ਗਿਆ? ਸੋ ਇਹ ਸਵਾਲ ਖੜਾ ਹੋ ਗਿਆ। ਤੋ ਇਸ ਦਾ ਜਵਾਬ ਸਰਕਾਰਾਂ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਅਤੇ ਉਹਨਾਂ ਕੰਪਨੀਆਂ ਨੂੰ ਵੀ ਦੇਣਾ ਬਣਦਾ ਕਿ ਕੀ ਹੈ ਭਾਈ। ਚਲੋ।